वाहेगुरु जी का खालसा वाहेगुरु जी की फतेह। गुरु प्यारे जी, इस स्थान का नाम गुरु के महल है। सानू थोड़ा जिहा इत्थों दा इतिहास दसना करो कि यह स्थान कित्थे स्थित है ते इहदा की इतिहास है। इस स्थान ट्रोली पाई दे पिंड विच स्थित है ते गुरु हरगोबिंद साहब सच्चे पातशाह गरीब नवाज अमृतसर साहब तो भाई साहब भाई साईं दास जी की प्यार की खिच करके आ मकान बनाया दो मंजिला उन्होंने ते सच्चे पातशाह वास्ते उत्ते पंगा डाया दूजी मंजिल ते ते गरीब नवाज सच्चे पातशाह नूं याद करदे गरीब नवाज इस पंगे उत्ते सोहणी विछाई करके रखीए ते याद करदे दिन रात गरीब नवाज इस पंगे ते निवास करो ते इस नवें मकान विच सारा परिवार वसे। इह सच्चे पातशाह गरीब नवाज दे चरणां च पुज्जी अरदास ते गरीब नवाज सच्चे पातशाह सारा परिवार लैके सारी संगत लैके फौजां लैके जरनैना समेत परिवार समेत सच्चे पातशाह इत्थे पहुंचे ते इस मकान दे विच निवास रखिया ते उतले बन्ने जिथे बाबा जी ने सुहणा पंगा डाया सी उत्थे सच्चे पातशाह ने आराम कीता। इत्थों अमृत वेले रोजाना उठते आ अमृत वेले बाहर रात रही जीरो बहर सिमरन सर बाबा जी के खेत्र से जी बार जमीन मतलब खेत्र से बाबा जी के सारी फौज का तारा उत्थे आ 6,000 के करीब फौज से जी सच्चे पातशाह के नाल उन्हों का फौज का तारा बहर है तो फौज उत्थे मतलब पानी की ढाप भी अज भी मौजूद आ जिथे सच्चे पातशाह वास्ते भाई साहब ने खूह लगाया बाबे साईं दास जी ने वह भी मौजूद आ बेर साहब भी मौजूद आ। ਉੱਥੋਂ ਦੇ ਖੂਹ ਦਾ ਤੇ ਬੇੜ ਸਾਹਿਬ ਦਾ ਕੀ ਇਤਿਹਾਸ ਹੈ ਵੀ ਉਹ ਕਿਸ ਤਰ੍ਹਾਂ ਮਤਲਬ ਜਿਹੜੀ ਇਤਿਹਾਸਕ ਬਣਦੀ ਹੈ? ਉਹ ਇਸ ਤਰ੍ਹਾਂ ਇਤਿਹਾਸਕ ਹੈ ਜੀ, ਸੱਚੇ ਪਾਤਸ਼ਾਹ ਤੋਂ ਅੰਮ੍ਰਿਤ ਵੇਲੇ ਉੱਠਦੇ ਆ, ਉਸ ਖੂਹ ਤੇ ਜਾ ਕੇ ਇਸ਼ਨਾਨ ਕਰਦੇ ਆ। ਠੀਕ ਹੈ ਜੀ। ਇਸ਼ਨਾਨ ਕਰਕੇ ਤੇ ਦੁਆਨ ਦੀ ਹਾਜ਼ਰੀ ਭਰਦੇ ਆ, ਦਿਨ ਚੜ੍ਹ ਜਾਂਦਾ ਤੇ ਸੱਚੇ ਪਾਤਸ਼ਾਹ ਦਾ ਆਸਣ ਲੱਗ ਜਾਂਦਾ ਹੈ ਬੇਰ ਸਾਹਿਬ ਥੱਲੇ, ਬੇਰ ਸਾਹਿਬ ਦੇ ਥੱਲੇ ਬੈਠ ਜਾਂਦੇ ਗਰੀਬ ਨਿਵਾਜ ਤੇ ਸੰਗਤਾਂ ਫੇਰੇ ਆਣ ਕੇ ਪਰਿਕਰਮਾ ਕਰਕੇ ਗਰੀਬ ਨਿਵਾਜ ਦੇ ਚਰਨਾਂ ਵਿੱਚ ਬੈਠ ਜਾਂਦੀਆਂ। ਤੇ ਜਿਹੜੀ ਆਪ ਜੀ ਨੇ ਗੱਲ ਕੀਤੀ ਹੈ 6,000 ਜਿਹੜੇ ਸਿੰਘ ਉੱਥੇ ਨੇ ਉਹ ਘੋੜਿਆਂ ਸਮੇਤ ਉੱਥੇ ਜਿਹੜੀਆਂ ਰਹਿੰਦੇ ਸੀ ਜਾਂ ਕੀ ਉਹਨਾਂ ਦਾ ਉਹ ਸੀਗਾ? ਘੋੜਿਆਂ ਸਮੇਤ ਫੌਜਾਂ ਮਤਲਬ ਘੋੜਸਵਾਰ ਫੌਜਾਂ ਦੇ 6,000 ਤੇ ਘੋੜਸਵਾਰ ਫੌਜਾਂ ਸੀ, ਬਾਕੀ ਜਿਹੜੇ ਕੋਈ ਰਾਸ਼ਨ ਬਣਾਉਣ ਵਾਲੇ ਗੱਡਿਆਂ ਤੇ ਸਮਾਨ ਰੱਖਣ ਵਾਲੇ ਉਹ ਵੱਖਰੇ, ਇਹਨਾਂ ਦਲ ਸੀ ਸੱਚੇ ਪਾਤਸ਼ਾਹ ਦਾ। ਤੇ ਹੋਰ ਸਾਨੂੰ ਥੋੜਾ ਜਿਹਾ ਇੱਥੋਂ ਦਾ ਦੱਸਣਾ ਕਰੋ ਵੀ ਇਹ ਜਿਹੜਾ ਪੁਰਾਤਨ ਜਿਹੜਾ ਮਕਾਨ ਹੈ ਇਹ ਕਿਹਦਾ ਸੀਗਾ ਤੇ ਉਹਨਾਂ ਨੇ ਉਸ ਤੋਂ ਬਾਅਦ ਇਹਦਾ ਕੀ ਕਿਸ ਤਰ੍ਹਾਂ ਵੀ ਇਹ ਬੜਾ ਛੋਟੀ ਜਗ੍ਹਾ ਲੱਗ ਰਹੀ ਹੈ ਵੇਖਣ ਨੂੰ ਤੇ ਗੁਰੂ ਸਾਹਿਬ ਮਤਲਬ ਇੰਨੇ ਛੋਟੀ ਜਗ੍ਹਾ ਦੇ ਵਿੱਚ ਪੂਰਾ ਪਰਿਵਾਰ ਜਿਹੜਾ ਉਹਨਾਂ ਨੇ ਨਿਵਾਸ ਕੀਤਾ? ਇਸ ਤਰ੍ਹਾਂ ਜੀ, ਇਹ ਭਾਈ ਸਾਹਿਬ ਦਾ ਪਰਲੇ ਬਿਨੇ ਨਾਲ ਘਰ ਸੀ ਤੇ ਆਹ ਉਹਨਾਂ ਨੇ ਨਵਾਂ ਮਕਾਨ ਬਣਾਇਆ ਜਿਵੇਂ ਅੱਜ ਆਪਾਂ ਕੋਠੀ ਬਣਾਉਂਦੇ ਹਾਂ ਕੋਈ ਵੱਖਰਾ ਵਿਸ਼ੇਸ਼ ਤੌਰ ਤੇ ਬਣਾਉਂਦੇ ਹਾਂ। ਇਹ ਦੋ ਮੰਜ਼ਿਲਾ ਮਕਾਨ ਬਣਾਇਆ ਸੀ ਜਿਹਨੂੰ ਟਾਰੀ ਸਾਹਿਬ ਕਿਹਾ ਜਾਂਦਾ ਸੀ ਉਸਲੇ ਅਟਾਰੀ ਸਾਹਿਬ। ਠੀਕ ਹੈ ਜੀ। ਇਹ ਟਾਰੀ ਵਿੱਚ ਸਾਰਾ ਪਰਿਵਾਰ ਕੁਛ ਉੱਧਰ ਸੀ ਮਤਲਬ ਬਾਬਾ ਸਾਈਂ ਦਾ ਘਰ ਸੀ ਨਾਲ ਤੇ ਇਹ ਟਾਰੀ ਵਿੱਚ ਜਿਹੜਾ ਪਰਿਵਾਰ ਸੀ ਗੁਰੂ ਪਰਿਵਾਰ ਜਿਹੜਾ ਸਾਰਾ ਇਹ ਟਾਰੀ ਵਿੱਚ ਵਸਿਆ ਤੇ ਫੌਜ ਜਿਹੜੀ ਉਹ ਸਾਰੀ ਬਾਹਰ ਚਲੀ ਗਈ ਆ ਮਤਲਬ ਉਸੇ ਸਿਮਰਨ ਸਥਾਨ ਤੇ ਤੇ ਇਹ ਇੱਥੋਂ ਪਰ ਸੱਚੇ ਪਾਤਸ਼ਾਹ ਤੁਹਾਨੂੰ ਦੱਸਿਆ ਵੀ ਅੰਮ੍ਰਿਤ ਵੇਲੇ ਉੱਥੇ ਉੱਥੇ ਜਾਂਦੇ ਆ ਜੀ, ਉੱਥੇ ਜਾ ਕੇ ਇਸ਼ਨਾਨ ਕਰਕੇ ਤੇ ਦੁਆਨ ਦੀ ਹਾਜ਼ਰੀ ਭਰਦੇ ਆ ਫਿਰ ਬੇਰ ਸਾਹਿਬ ਥੱਲੇ ਬੈਠ ਜਾਂਦੇ ਆ। ਬੇਰ ਸਾਹਿਬ ਦੇ ਥੱਲੇ ਬੈਠ ਕੇ ਸੰਗਤਾਂ ਆਉਂਦੀਆਂ ਤੇ ਸੱਚੇ ਪਾਤਸ਼ਾਹ ਦੇ ਪਰਿਕਰਮਾ ਕਰਕੇ ਉਹਨਾਂ ਦੇ ਦਰਸ਼ਨ ਕਰਕੇ ਤੇ ਬੈਠ ਜਾਂਦੀਆਂ ਚਰਨਾਂ ਵਿੱਚ ਤੇ ਸੱਚੇ ਪਾਤਸ਼ਾਹ ਨੂੰ ਉਪਦੇਸ਼ ਕਰਦੇ ਵੀ ਸਿੱਖੋ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰੋ, ਬਾਣੀ ਪੜਿਆ ਕਰੋ ਤੇ ਜਿਹੜੀਆਂ ਭਾਵਨਾ ਤੁਸੀਂ ਘਰੋਂ ਲੈ ਕੇ ਤੁਰੇ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਆਹ ਕਾਰਜ ਸੌਰ ਜਾਣ ਉਹ ਗੁਰੂ ਨਾਨਕ ਸਾਹਿਬ ਤੁਹਾਡੇ ਕਾਰਜ ਵੀ ਸਵਾਰੇਗਾ। ਫਿਰ ਉੱਥੇ ਢਾਡੀ ਦਰਬਾਰ ਲੱਗਦਾ, ਉੱਥੇ ਦੁਆਨ ਸਥਾਨ ਵੀ ਹੋ ਢਾਡੀ ਦਰਬਾਰ ਉੱਥੇ ਲੱਗਦਾ, ਭਾਈ ਨਾਥਮਾਲ ਜੀ ਅਤੇ ਭਾਈ ਅਬਦੁੱਲ ਜੀ ਜਿਹੜੇ ਸੁਰ ਸਿੰਘ ਦੇ ਢਾਡੀ ਸੀ ਉਹਨਾਂ ਉਹ ਉੱਥੇ ਵਾਰਾਂ ਗਾਉਂਦੇ। ਗਰੀਬ ਨਾਲ ਸੱਚੇ ਪਾਤਸ਼ਾਹ ਉਹ ਸਥਾਨ 'ਤੇ ਜਦੋਂ ਘੋੜੇ 'ਤੇ ਚੜ੍ਹ ਕੇ ਨਾ ਜਦੋਂ ਮੌਜ ਹੁੰਦੀ ਅਤੇ ਨਾਲੇ ਸ਼ਿਕਾਰ ਜੀਵਾਂ ਦਾ ਆਧਾਰ ਕਰਦੇ ਅਤੇ ਨਾਲੇ ਇਲਾਕੇ ਦੇ ਵਿੱਚ ਜਿੰਨੇ ਦਰਬਾਰ ਮਾਲਵੇ ਦੇਸ਼ ਵਿੱਚ ਜਿੰਨੇ ਵੀ ਦਰਬਾਰ ਨੇ ਨਾ ਸੱਚੇ ਪਾਤਸ਼ਾਹ ਨੇ ਜਿੱਥੇ ਚਰਨ ਪਾਏ ਉੱਥੇ ਉੱਥੇ ਦਰਬਾਰ ਬਣਿਆ। ਇਹ ਪਾਤਸ਼ਾਹ ਦੀ 1600 ਈਸਵੀ ਦੀ ਇਹ ਮਤਲਬ ਇਹ ਵਾਰਤਾ ਕਥਾ ਹੈ। ਅੱਛਾ।
ਤੇ ਇਸ ਸਥਾਨ ਤੇ ਜਦੋਂ ਪੂਰਾ ਪਰਿਵਾਰ ਮਹਾਰਾਜ ਜੀਆਂ ਦਾ ਇੱਥੇ ਰਹਿੰਦਾ ਆ ਤੇ ਇੱਥੋਂ ਤੇ ਫਿਰ ਥੋੜਾ ਜਿਹਾ ਸਾਨੂੰ ਦੱਸਣਾ ਕਰੋਗੇ ਮਹਾਰਾਜ ਦੇ ਮਹਿਲ ਵੀ ਇੱਥੇ ਸੀਗੇ ਬੱਚੇ ਕਿੰਨੇ ਸੀਗੇ ਉਸ ਇੱਥੇ ਜਿਹੜਾ ਜੋ ਇਤਿਹਾਸ ਦੱਸਦਾ ਆ ਕਿ ਇਹ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਜਨਮ ਸਥਾਨ ਹੈ ਉਸ ਬਾਰੇ ਵੀ ਸਾਨੂੰ ਥੋੜਾ ਜਿਹਾ ਚਾਨਣਾ ਪਾਓ ਜਦੋਂ ਇਹ ਉਦੋਂ ਇਸ ਤੋਂ ਬਾਅਦ ਚਲੇ ਜਾਂਦੇ ਆ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਉਸ ਤੋਂ ਬਾਅਦ ਆਏ ਨੇ 1613 ਈਸਵੀ ਨੂੰ 1613 ਈਸਵੀ ਨੂੰ ਜਦੋਂ ਆਏ ਸੱਚੇ ਪਾਤਸ਼ਾਹ ਉਦੋਂ ਇਸ ਮਕਾਨ ਵਿੱਚ ਮਹਾਂਪੁਰਸ਼ਾਂ ਦਾ ਪ੍ਰਕਾਸ਼ ਹੋਇਆ ਮਾਤਾ ਦਮੋਦਰੀ ਜੀ ਦੀ ਪਾਵਨ ਕੁੱਖ ਤੋਂ ਇਸ ਕਮਰੇ ਵਿੱਚ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਥੋੜਾ ਸਾਨੂੰ ਦੱਸੋ ਵੀ ਉਹਨਾਂ ਦੇ ਹੋਰ ਕਿੰਨੇ ਆਪਣਾ ਜਿਹੜੇ ਨੇ ਮਹਾਰਾਜ ਦੇ ਕਿੰਨੇ ਪੁੱਤਰ ਨੇ ਕਿੰਨੇ ਮਹਿਲ ਨੇ ਉਹਦੇ ਬਾਰੇ ਸਾਨੂੰ ਥੋੜਾ ਚਾਨਣਾ ਪਾਓ ਤਿੰਨ ਮਹਿਲ ਨੇ ਸਤਿਗੁਰਾਂ ਦੇ ਮਾਤਾ ਵੱਡੇ ਨੇ ਮਤਲਬ ਮਾਤਾ ਦਮੋਦਰੀ ਜੀ ਉਸ ਤੋਂ ਦੂਜੇ ਮਹਿਲ ਨੇ ਮਾਤਾ ਨਾਨਕੀ ਜੀ ਮਾਤਾ ਮਹਾਂ ਦੇਵੀ ਜੀ ਜਿਹਨੂੰ ਮਾਤਾ ਮਰਵਾਈ ਜੀ ਵੀ ਕਿਹਾ ਜਾਂਦਾ ਗੁਰੂ ਸਾਹਿਬ ਦੇ ਅਦਵਤ ਤਿੰਨ ਮਹਿਲ ਨੇ ਟੋਟਲ ਤਿੰਨ ਮਹਿਲ ਨੇ ਤੇ ਕਿੰਨੇ ਆਪਣਾ ਬੱਚੇ ਨੇ ਗੁਰੂ ਸਾਹਿਬ ਜੀ ਦੇ ਪਹਿਲੇ ਬਾਬਾ ਗੁਰਦਿੱਤਾ ਸਾਹਿਬ ਜੀ ਉਸ ਤੋਂ ਬਾਅਦ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਟਲ ਰਾਏ ਜੀ ਤੇ ਬਾਬਾ ਤਿਆਗਮਲ ਜੀ ਬੀਬੀ ਵੀਰੋ ਜੀ ਠੀਕ ਹੈ ਜੀ ਤੇ ਇੱਥੋਂ ਦਾ ਥੋੜਾ ਜਿਹਾ ਸਾਨੂੰ ਹੋਰ ਇੱਥੋਂ ਦੇ ਇਲਾਕੇ ਦਾ ਇਤਿਹਾਸ ਜਾਣੂ ਕਰਾਓ ਤੇ ਨਾਲ ਥੋੜਾ ਜਿਹਾ ਇੱਥੋਂ ਦਾ ਇਤਿਹਾਸ ਜਿਹੜਾ ਥੋੜਾ ਜਿਹਾ ਹੋਰ ਦੱਸੋ ਸਾਨੂੰ ਇਲਾਕਾ ਹੈਗਾ ਡਰੋਲੀ ਭਾਈ ਮੋਗੇ ਦੇ ਏਰੀਏ ਦੇ ਨਾਲ ਲਾਗੇ ਆ 12 ਕਿਲੋਮੀਟਰ ਤੇ ਆ ਮੋਗੇ ਤੋਂ ਤੇ ਭਾਈ ਕੀ ਡਰੋਲੀ ਦੇ ਨਾਂ ਤੇ ਸਥਿਤ ਆ ਇਸ ਸਥਾਨ ਤੇ ਜਦੋਂ ਸੱਚੇ ਪਾਤਸ਼ਾਹ ਪਹਿਲੀ ਵਾਰ ਆਏ ਨੇ 1606 ਈਸਵੀ ਨੂੰ ਦੂਜੀ ਵਾਰ ਆਏ ਨੇ 1613 ਈਸਵੀ ਨੂੰ ਉਦੋਂ ਬਾਬਾ ਜੀ ਦਾ ਪ੍ਰਕਾਸ਼ ਹੈ ਉਹ ਆ ਮਕਾਨ ਸੰਭਾਲ ਕੇ ਉਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਰੱਖਿਆ ਪੁਰਾਣੀ ਅਰਦਾ ਜਿਹੜਾ ਜਿੰਨਾ ਕੁ ਡਿੱਗ ਡਰ ਕੇ ਰਹਿ ਗਿਆ ਨਾ ਉਹਨਾਂ ਮਹਾਂਪੁਰਸ਼ਾਂ ਨੇ ਆਪਦੇ ਐਨ ਉਹਨਾਂ ਜਿਹਨਾਂ ਜਿਹਨਾਂ ਨੇ ਸੇਵਾ ਮਿਲੀ ਹੈ ਨਾ ਉੱਥੇ ਪੂਰੇ ਦਾ ਪੂਰਾ ਸੰਭਾਲ ਕੇ ਰੱਖਿਆ ਉਸ ਤੋਂ ਬਾਅਦ ਆਏ ਨੇ ਸੱਚੇ ਪਾਤਸ਼ਾਹ 1616 ਨੂੰ ਸਾਰਾ ਪਰਿਵਾਰ ਲੈ ਕੇ ਉਸ ਤੋਂ ਬਾਅਦ ਆਏ ਨੇ 1619 ਨੂੰ ਅਤੇ ਉਸ ਤੋਂ ਬਾਅਦ ਆਏ ਨੇ 1627 ਨੂੰ ਜਦੋਂ 27 ਨੂੰ ਆਏ ਆ ਉਦੋਂ ਸੱਚੇ ਪਾਤਸ਼ਾਹ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਸ਼ਾਦੀ ਹੋ ਗਈ ਇਹਨਾਂ ਨੂੰ ਕਲਾਸਦਾ ਕੀਰਤਪੁਰ ਸਾਹਿਬ ਵੀ ਚੱਲ ਕੇ ਨਗਰ ਵਸਾਓ ਅਤੇ ਉਹਦਾ ਨਾਂ ਰੱਖਣਾ ਕੀਰਤਨਪੁਰ ਸਾਹਿਬ ਅਤੇ ਸੱਚੇ ਪਾਤਸ਼ਾਹ ਨੂੰ ਦਿੱਲੀਓਂ ਸੱਦਾ ਆ ਗਿਆ ਹੈ ਜਹਾਂਗੀਰ ਬਾਦਸ਼ਾਹ ਦਾ ਜਹਾਂਗੀਰ ਬਾਦਸ਼ਾਹ ਦੇ ਮੁਲਾਜ਼ਮ ਆਏ ਲੈਣ ਸੱਚੇ ਪਾਤਸ਼ਾਹ ਨੂੰ ਅਤੇ ਸੱਚੇ ਪਾਤਸ਼ਾਹ ਨੇ ਆਖਿਆ ਵੀ ਤੁਸੀਂ ਜਲ ਪਾਣੀ ਸ਼ਿਕਾਇਤ ਉਹਨਾਂ ਅਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਚੱਲੋ ਅਤੇ ਅਸੀਂ ਇੰਨੇ ਸਮੇਂ 'ਤੇ ਅਤੇ ਅਸੀਂ ਆਪੇ ਆਵਾਂਗੇ ਸੱਚੇ ਪਾਤਸ਼ਾਹ ਮਾਤਾ ਗੰਗਾ ਜੀ ਨਾਲ ਸਲਾਹ ਕਰਦੇ ਆ ਮਾਤਾ ਜੀ ਅਸੀਂ ਹੁਣ ਜਾਣਾ ਹੈ ਦਿੱਲੀ ਅਤੇ ਤੁਸੀਂ ਸਾਰਾ ਪਰਿਵਾਰ ਲੈ ਕੇ ਅਤੇ ਭਾਈ ਸਾਹਿਬ ਕੋਲ ਚੱਲੋ ਡਰੋਲੀ ਭਾਈ ਭਾਈ ਸਾਹਿਬ ਬਾਬਾ ਸਾਈਂ ਦਾਸ ਜੀ ਦਾ ਨਾਂ ਭਾਈ ਸਾਹਿਬ ਕਰਕੇ ਬੁਲਾਉਂਦੇ ਸੀ ਸੱਚੇ ਪਾਤਸ਼ਾਹ ਜਿਹਨਾਂ ਨੂੰ ਵੱਡਾ ਮਾਣ ਦਿੰਦੇ ਸੀ ਮਹਾਂਪੁਰਸ਼ਾਂ ਨੂੰ ਵੀ ਅਸੀਂ ਉੱਥੇ ਜਿੰਨਾ ਚਿਰ ਦਿੱਲੀਓਂ ਨਹੀਂ ਆਉਂਦੇ ਉਹਨਾਂ ਚਿਰ ਤੁਸੀਂ ਸਾਰਾ ਪਰਿਵਾਰ ਇੱਥੇ ਰਹਿਣਾ ਕਿਤੇ ਨਹੀਂ ਜਾਣਾ ਮਾਤਾ ਜੀ ਸਾਰਾ ਪਰਿਵਾਰ ਲੈ ਕੇ ਇੱਥੇ ਆ ਗਿਆ ਪਰਿਵਾਰ ਦੇ ਨਾਲ ਮਾਤਾਵਾਂ ਆਪਣੀਆਂ ਤਿੰਨੇ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਮਾਤਾ ਮਹਾਂਦੇਵ ਜੀ ਮਾਤਾ ਗੰਗਾ ਜੀ ਅਤੇ ਸਾਹਿਬਜ਼ਾਦੇ ਦਾਸੀਆਂ ਗੋਲੀਆਂ ਹੋਰ ਪਰਿਵਾਰ ਤਗੜਾ ਸੀ ਨਾਲ ਅਤੇ ਦਾਸੀਆਂ ਗੋਲੀਆਂ ਅਤੇ ਸਾਹਿਬਜ਼ਾਦੇ ਕਿਹੜੇ ਆ ਨਾਲ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਟਲ ਰਾਏ ਜੀ ਬਾਬਾ ਤਿਆਗਮਲ ਜੀ ਬਾਬਾ ਬੀਬੀ ਵੀਰੋ ਜੀ ਇਹ ਸਾਰਾ ਪਰਿਵਾਰ ਟੋਟਲ ਨਾਲ ਅਤੇ ਕੁਛ ਸੱਚੇ ਪਾਤਸ਼ਾਹ ਨੇ ਫੌਜ ਦੇ ਦਿੱਤੀ ਨਾਲ ਵੀ ਫੌਜ ਦਾ ਬਾਰ ਉੱਥੇ ਹੀ ਤਾਰਾ ਫਿਰ ਦੁਬਾਰਾ ਅਤੇ ਸਾਰਾ ਪਰਿਵਾਰ ਇੱਥੇ ਵਸਿਆ ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਆਏ ਸੰਗਤਾਂ ਦੀ ਬੇਨਤੀ ਮੰਨ ਕੇ ਵੀ ਸੱਚੇ ਪਾਤਸ਼ਾਹ ਨੂੰ ਇੰਨਾ ਚਿਰ ਹੋ ਗਿਆ ਬਾਬਾ ਜੀ ਗਿਆ ਨੂੰ ਦਿੱਲੀ ਗਿਆ ਨੂੰ ਅਤੇ ਤੁਸੀਂ ਲੈ ਗਿਆ ਉਹਨਾਂ ਤੋਂ ਬਿਨਾਂ ਤਾਂ ਸਾਨੂੰ ਕੁਛ ਚੰਗਾ ਨਹੀਂ ਲੱਗਦਾ ਫਿਰ ਬਾਬਾ ਬੁੱਢਾ ਸਿੰਘ ਸੰਗਤਾਂ ਦੀ ਵਿਰਲਾਪ ਬੇਨਤੀ ਮੰਨ ਕੇ ਅਤੇ ਫਿਰ ਇੱਥੇ ਆਏ ਮਾਤਾ ਗੰਗਾ ਜੀ ਕੋਲ ਮਾਤਾ ਗੰਗਾ ਜੀ ਨੂੰ ਦੱਸਿਆ ਵੀ ਮਾਤਾ ਜੀ ਸੰਗਤਾਂ ਬੜੀਆਂ ਦਾਸ ਅਤੇ ਮਾਤਾ ਜੀ ਆਖਣਗੇ ਬਾਬਾ ਜੀ ਸੱਚੇ ਪਾਤਸ਼ਾਹ ਨੂੰ ਲੈ ਕੇ ਆਓ ਇਹ ਤੁਹਾਡੇ ਹੀ ਕਾਰਜ ਕਰਨ ਵਾਲਾ ਤੁਸੀਂ ਕਰੋ ਕਿਉਂਕਿ ਤੁਹਾਡੇ ਤੋਂ ਬਣਿਆ ਇਹ ਕਾਰਜ ਕਿਸੇ ਦੇ ਕਰਨ ਵਾਲਾ ਨਹੀਂ ਅਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਗਏ ਗਵਾਲੀਅਰ ਦੀਆਂ ਉਪਕਰਮਾਂ ਕੀਤੀਆਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਦੀਦਾਰ ਕੀਤੇ ਸਿੱਖਾਂ ਦੇ ਅਤੇ ਫਿਰ ਉਹਨਾਂ ਨੂੰ ਦੱਸਿਆ ਵੀ ਸਿੱਖੋ ਬਾਬਾ ਬਿਧੀ ਚੰਦ ਜੀ ਬਾਬਾ ਜੇਠਾ ਜੀ ਬਾਬਾ ਪੈੜਾ ਜੀ ਉਹਨਾਂ ਨੂੰ ਦੱਸਿਆ ਵੀ ਪਿੱਛੇ ਸੰਗਤਾਂ ਦੀ ਇਹ ਹਾਲਤ ਆ ਬਹੁਤ ਅਰਦਾਸ ਨੇ ਸੰਗਤਾਂ ਅਤੇ ਮਾਤਾ ਜੀ ਦਾ ਹੁਕਮ ਛੇਤੀ ਲੈ ਗਿਆ ਉਹ ਸੱਚੇ ਪਾਤਸ਼ਾਹ ਜੋ ਵੀ ਤੁਹਾਨੂੰ ਕਰਨਾ ਪਏ ਕਰੋ ਫਿਰ ਉਹ ਮਹਾਂਪੁਰਸ਼ ਉਹਨੂੰ ਵਿਖਾਇਆ ਵੀ ਇਹ ਤਾਂ ਮੂਰਖ ਦੀ ਜਾਗ ਖੋਲਣੀ ਪੈਣੀ ਹੈ ਜਹਾਂਗੀਰ ਬਾਦਸ਼ਾਹ ਦੀ ਫਿਰ ਉਹ ਸ਼ੇਰ ਬਣ ਕੇ ਇੱਕ ਦੇ ਚੜ੍ਹੇ ਉਹਦੀ ਸ਼ਹਿਰਾਦ ਨੂੰ ਫਿਰ ਉਹਨੇ ਮੀਆਂ ਮੀਰ ਨੂੰ ਸੱਦਿਆ ਮੋਟੀ ਮੋਟੀ ਗੱਲਬਾਤ ਕਰਦੇ ਹਾਂ ਮੀਆਂ ਮੀਰ ਨੂੰ ਸੱਦਿਆ ਮੀਆਂ ਮੀਰ ਨੇ ਲਾਨਤਾਂ ਪਾਈਆਂ ਤੈਨੂੰ ਪਤਾ ਨਹੀਂ ਵੀ 40 ਦਿਨ ਵਾਸਤੇ ਸੱਚੇ ਪਾਤਸ਼ਾਹ ਨੂੰ ਘਲਾਇਆ ਤੂੰ ਅਤੇ ਅੱਜ 3 ਸਾਲ ਤੇ ਕਿੰਨਾ ਸਮਾਂ ਹੋ ਗਿਆ ਅਤੇ ਤੈਨੂੰ
ਉਹ ਪਤਾ ਹੀ ਕਿੰਨੀ ਵੱਡੀ ਹਸਤੀ ਨੇ, ਮੈਨੂੰ ਤੁਸੀਂ ਇਸਲਾਮ ਦਾ ਵੱਡਾ ਰੱਬ ਮਿਣਦੇ ਗਿਣਦੇ, ਪੀਰ ਵੱਡਾ ਗਿਣਦੇ ਮੈਨੂੰ, ਤੇ ਮੇਰੇ ਵਰਗੇ ਉਹਨਾਂ ਦੇ ਚਰਨਾਂ ਵਿੱਚ ਪਤਾ ਨਹੀਂ ਕਿ ਲੱਖਾਂ ਕਰੋੜਾਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀਆਂ ਕਰਕੇ ਤੇ ਉੱਥੋਂ ਰਸਤਾ ਲਿਆ ਕੇ ਉੱਥੋਂ ਬਰਕਤਾਂ ਲਿਆ ਕੇ ਤੁਹਾਡੇ ਵਰਗਿਆਂ ਨੂੰ ਵੰਡਦੇ ਅਸੀਂ। ਏਡੀ ਵੱਡੀ ਹਸਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਨੂੰ ਛੇਤੀ ਬੁਲਾਉਣਾ ਪਿਆ। ਮੀਆਂ ਉਹ ਆਪਣਾ ਆਪਣੇ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਬੁਲਾਇਆ ਉੱਥੇ ਆਪਣੇ ਗਵਾਲੀਅਰ, ਅਤੇ ਫਿਰ ਸੱਚੇ ਪਾਤਸ਼ਾਹ ਨੂੰ ਲੈ ਕੇ ਆਏ। ਸਾਰੇ ਰਾਜੇ ਵੀ ਛਡਾਉਣੇ ਪਏ, ਛੱਡਣੇ ਪਏ, ਮੋਟੀ ਮੋਟੀ ਗੱਲਾਂ ਕਰਦੇ ਹਨ ਅਤੇ ਰਾਜੇ ਵੀ ਸਾਡੇ ਸਾਰੇ ਛੱਡੇ। ਫਿਰ ਸੱਚੇ ਪਾਤਸ਼ਾਹ ਦਿੱਲੀ ਆਏ, ਫਿਰ ਉਹਨੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਨੂੰ, ਗਰੀਬ ਨਵਾਜ ਮੈਨੂੰ ਬਖਸ਼ ਲਓ। ਮੈਂ ਵੀ ਬਹਿਗਾ ਤਾਂ ਮੈਂ ਵੀ ਦੋਸ਼ੀ ਹਾਂ, ਇਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ ਮੈਂ ਵੀ ਵੱਡਾ ਦੋਸ਼ੀ ਹਾਂ, ਅਤੇ ਕਿਰਪਾ ਕਰੋ ਮਾਫ਼ ਕਰ ਦਿਓ, ਆਹ ਚੰਦੂ ਬੈਠਾ ਜੀ ਇਹਨੂੰ ਲੈ ਜਾਓ। ਫਿਰ ਸੱਚੇ ਪਾਤਸ਼ਾਹ ਨੇ ਚੰਦੂ ਦੇ ਸਿੱਖਾਂ ਨੇ ਫੜੀ, ਉਹਦੀ ਧੌਣੋਂ ਫੜਿਆ ਕਿਤੇ ਉਹਦੇ ਵਿੱਚ ਨੱਥ ਪਾਈ ਨੱਕ ਦੇ ਵਿੱਚ, ਸਾਰੀ ਦਿੱਲੀ ਵਿੱਚ ਫੇਰਿਆ। ਫਿਰ ਗੁਰੂ ਸਾਹਿਬ ਦਾ ਹੁਕਮ ਸੀ ਵੀ ਜਿਹੜਾ ਵੀ ਸਿੱਖ ਮਿਲੇ ਇਹਨੂੰ ਪੰਜ ਛਿੱਤਰ ਮਾਰੇ ਸਿਰ 'ਚ, ਠੂਠਾ ਹੱਥ ਵਿੱਚ ਮੰਗਦਾ ਫਿਰਦਾ ਨਾਲੇ, ਅਤੇ ਸਿੱਖਾਂ ਨੇ ਨੁਹਾਰ ਫੜੀ ਆ, ਅਤੇ ਸਾਰੀ ਦਿੱਲੀ ਵਿੱਚ ਗਲੀਆਂ ਬਾਜ਼ਾਰਾਂ ਵਿੱਚ ਨੂੰ ਫੇਰਿਆ। ਫਿਰ ਉੱਥੋਂ ਕਾਫੀ ਸਮਾਂ ਜਲੀਲ ਕਰਕੇ ਫਿਰ ਸੱਚੇ ਪਾਤਸ਼ਾਹ ਇੱਥੇ ਵਾਪਸ ਆਏ, ਇੱਥੋਂ ਸਾਰਾ ਪਰਿਵਾਰ ਲੈ ਕੇ ਤਰਨ ਤਾਰਨ ਸਾਹਿਬ ਗਏ। ਫਿਰ ਅੰਮ੍ਰਿਤਸਰ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਸਾਲ ਵਿੱਚ ਆਪਾਂ ਦਿਹਾੜਾ ਮਨਾਉਣਾ ਹੀ ਆ, ਬੰਦੀ ਛੋੜ ਦਿਵਸ। ਉਸ ਤੋਂ ਬਾਅਦ ਇਹਨੂੰ ਲਾਹੌਰ ਲੈ ਕੇ ਗਏ ਜੱਦੂ ਨੂੰ, ਚੰਦੂ ਦੀਆਂ ਲਾਹੌਰ ਦੀਆਂ ਗਲੀਆਂ ਬਾਜ਼ਾਰ ਦਿੱਲੀ ਵਾਂਗੂ ਖਾਏ ਸਾਰੇ, ਆਖਰ ਪੜਪੂੰਜੇ ਗਿਰਦੇ ਤੇ ਇੱਥੋਂ ਦੀ ਮੌਤ ਹੋਈ। ਫਿਰ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਵਾਪਸ ਆਏ। ਅੰਮ੍ਰਿਤਸਰ ਸਾਹਿਬ ਤੋਂ ਵਾਪਸ ਆਣ ਕੇ ਸੱਚੇ ਪਾਤਸ਼ਾਹ ਥੋੜ੍ਹਾ ਸਮਾਂ ਰਹਿ ਕੇ ਫਿਰ ਇਸ ਸਥਾਨ 'ਤੇ ਆਏ, 1630 ਈਸਵੀ ਦੇ ਕਿਤਵੇਂ ਮਹੀਨੇ ਨੂੰ, ਅੱਠਵੇਂ ਸੱਤਵੇਂ ਮਹੀਨੇ ਨੂੰ। ਫਿਰ ਸੱਚੇ ਪਾਤਸ਼ਾਹ ਇੱਥੇ ਆਏ, ਫਿਰ ਕਾਫੀ ਸਮਾਂ ਇਸ ਇਲਾਕੇ ਦੇ ਵਿੱਚ ਭਾਗ ਲੱਗੇ, ਬੜੀਆਂ ਖੁਸ਼ੀਆਂ ਹੋਈਆਂ। ਅਤੇ ਮਾਤਾ ਦਮੋਦਰੀ ਜੀ ਨੇ ਇੱਕ ਦਿਨ ਬੇਨਤੀ ਕੀਤੀ ਗਰੀਬ ਨਵਾਜ ਸੱਚੇ ਪਾਤਸ਼ਾਹ, ਆਪ ਜੀ ਦੀ ਸੇਵਾ ਕਰਦਿਆਂ ਤੋਂ, ਆਪ ਜੀ ਦਾ ਹੁਕਮ ਮੰਨਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ, ਕਿਰਪਾ ਕਰੋ ਮੈਨੂੰ, ਮੇਰਾ ਅੰਤ ਸਮਾਂ ਆ ਗਿਆ, ਮੈਂ ਹੁਣ ਸੱਚਖੰਡ ਜਾਣਾ, ਅਤੇ ਮੈਨੂੰ ਆਗਿਆ ਬਖਸ਼ੋ ਅਤੇ ਪਿਛਲੀਆਂ ਉਗਣ ਬਖਸ਼ ਦਿਓ। ਸੱਚੇ ਪਾਤਸ਼ਾਹ ਕਹਿਣਗੇ ਦਮੋਦਰੀ ਜੀ ਇਸ਼ਨਾਨ ਕਰੋ ਅਤੇ ਜਪਜੀ ਸਾਹਿਬ ਦਾ ਪਾਠ ਕਰਕੇ ਚਿੱਟੇ ਚਾਦਰੇ ਦੀ ਔਲਾ ਕਰਕੇ ਅਤੇ ਤੁਸੀਂ ਸੱਚਖੰਡ ਜਾਓ। 33 ਕਰੋੜ ਅਤੇ 33 ਕਰੋੜ ਦੇਵਤੇ ਤੁਹਾਨੂੰ ਲੈਣ ਵਾਸਤੇ ਕਿ ਕੁਲਤੇ ਆ ਵਿਵਾਨ ਸ ਜਾ ਕੇ, ਉਹਨਾਂ ਦੇ ਬਹਿ ਕੇ ਅਤੇ ਤੁਸੀਂ ਸੱਚਖੰਡ ਜਾਓ ਅਤੇ ਛੇਤੀ ਕਰੋ, ਤੁਹਾਨੂੰ ਡੀਕਣ ਡਿਆ। ਮਾਤਾ ਜੀ ਨੇ ਇੱਥੇ ਸਰੀਰ ਛੱਡਿਆ, ਮਾਤਾ ਜੀ ਸਰੀਰ ਵਾਸਤੇ ਬੜਾ ਕੀਮਤੀ ਵਿਵਾਨ ਸਜਾਇਆ ਗਿਆ, ਬੜਾ ਭਾਰੀ ਮੁੱਲ ਵਾਲਾ, ਅਤੇ ਆਪਣੀਆਂ ਮਾਤਾਵਾਂ ਨੇ ਮਾਤਾ ਜੀ ਦਾ ਇਸ਼ਨਾਨ ਕਰਾਇਆ, ਉਹ ਵਿਵਾਨ ਵਿੱਚ ਰੱਖਿਆ। ਅਤੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਜੇਠਾ ਜੀ, ਬਾਬਾ ਬਿਰਜਨ ਜੀ, ਇਹਨਾਂ ਮਹਾਂਪੁਰਸ਼ਾਂ ਨੇ ਕੰਧਾ ਦਿੱਤਾ ਵਿਵਾਨ ਨੂੰ। ਅਤੇ ਅੱਗੇ ਅੱਗੇ ਸੱਚੇ ਪਾਤਸ਼ਾਹ ਚੱਲ ਪਏ, ਪਿੱਛੇ ਵਿਵਾਨ ਜਾ ਰਿਹਾ, ਪਿੱਛੇ ਸੰਗਤਾਂ ਕੀਰਤਨ ਕਰਦੀਆਂ ਜਾ ਰਹੀਆਂ। ਉਹ ਪਿੰਡੋਂ ਬਾਰ ਬਾਰ ਮੀਠਾ ਸਾਹਿਬ ਮਾਤਾ ਜੀ ਦਾ, ਜਿੱਥੇ ਮਾਤਾ ਜੀ ਦਾ ਸੰਸਕਾਰ ਕੀਤਾ ਗਿਆ, ਮਾਤਾ ਜੀ ਜੀ ਕਾਜਨੀ ਉੱਥੇ ਜਾ ਕੇ ਸਰੀਰ ਰੱਖਿਆ, ਰਸਮਾਂ ਕਰਕੇ ਜਿਹੜੀਆਂ ਗੁਰੂ ਘਰ ਦੀਆਂ ਰਸਮਾਂ ਜੀ ਕਰਕੇ ਮਾਤਾ ਜੀ ਦਾ ਸਰੀਰ ਨੂੰ ਚਿਖਾ 'ਤੇ ਰੱਖਿਆ ਗਿਆ। ਬਾਬਾ ਗੁਰਦੁਆਰਾ ਸਾਹਿਬ ਨੂੰ ਹੁਕਮ ਆਇਆ ਵੀ ਇਹ ਚਿਖਾ ਦੀ ਅਗਨੀ ਦਿਖਾਓ, ਬਾਬਾ ਗੁਰਦੁਆਰਾ ਸਾਹਿਬ ਨੇ ਅਗਨੀ ਦਿਖਾਈ। ਸੱਚੇ ਪਾਤਸ਼ਾਹ ਉਰਲੇ ਬੰਨੇ ਬੈਠ ਗਏ ਅਤੇ ਚਫੇਰੇ ਚਫੇਰੇ ਸੰਗਤਾਂ ਬੈਠ ਗਈਆਂ, ਵੱਡੀ ਵੱਡਾ ਇਕੱਠ ਸੀ ਕਈਆਂ ਲੱਖਾਂ ਵਿੱਚ। ਅਤੇ ਮਾਤਾ ਜੀ ਦਾ ਉਦੋਂ ਸੰਸਕਾਰ ਦੀ ਕਿਰਿਆ ਸ਼ੁਰੂ ਹੋ ਗਈ ਅਤੇ ਇੱਧਰ ਕੀਰਤਨ ਸ਼ੁਰੂ ਹੋ ਗਿਆ। ਭਾਈ ਬਾਬਕ ਜੀ ਇਹ ਘਰ ਦੇ ਕੀਰਤਨੀਏ ਸੀ, ਭਾਈ ਬਾਬਕ ਜੀ ਉਹਨਾਂ ਬੜੇ ਵਿਰਾਗ ਵਿੱਚ ਕੀਰਤਨ ਕੀਤਾ ਅਤੇ ਉਦੋਂ ਮਾਤਾ ਜੀ ਕਿਰਿਆ ਹੋ ਗਈ ਅਤੇ ਉਹ ਕਿਰਿਆ ਕਰਕੇ ਅਤੇ ਸੱਚੇ ਪਾਤਸ਼ਾਹ ਸਮਾਪਤੀ ਕਰਕੇ ਵਾਪਸ ਕਰੇ ਆਏ ਇਸ ਸਥਾਨ 'ਤੇ। ਇੱਥੇ ਆਣ ਕੇ ਬੈਠੇ ਆ ਅਤੇ ਇਸ ਘਰ ਵਾਲੀ ਜਿਹੜੀ ਮਾਤਾ ਰਾਮੋ ਜੀ ਸੀ ਸੱਚੇ ਪਾਤਸ਼ਾਹ ਦੀ ਵੱਡੀ ਸਾਲੀ, ਅਤੇ ਭਾਈ ਸਾਈਂਦਾਸ ਜੀ ਸਾਂਢੂ ਸੀ ਨਾ, ਅਤੇ ਮਾਤਾ ਰਾਮੋ ਜੀ ਨੇ ਫਿਰ ਹੱਥ ਜੋੜੇ, ਗਰੀਬ ਨਵਾਜ ਮੇਰੀ ਭੈਣ ਸੱਚਖੰਡ ਚਲੀ ਗਈ, ਮੈਨੂੰ ਵੀ ਆਗਿਆ ਬਖਸ਼ੋ, ਮੈਂ ਵੀ ਸੱਚਖੰਡ ਜਾਣਾ। ਉਹਨਾਂ ਨੂੰ ਆਗਿਆ ਮਿਲ ਗਈ ਗਰੀਬ ਨਵਾਜ ਨੇ ਦੇਤੀ। ਫਿਰ ਬਾਬਾ ਸਾਈਂਦਾਸ ਜੀ ਕੋਲ ਬੈਠੇ ਜੀ, ਉਹਨਾਂ ਨੇ ਬੇਨਤੀ ਕੀਤੀ ਗਰੀਬ ਨਵਾਜ ਅਤੇ ਮੈਨੂੰ ਵੀ ਦੇ ਦਿਓ ਆਗਿਆ, ਅਸੀਂ ਦੋਵੇਂ ਇਕੱਠੇ ਚਲੇ ਜਾਈਏ। ਫਿਰ ਮਾਤਾ ਰਾਮੋ ਜੀ ਅਤੇ ਬਾਬਾ ਸਾਈਂਦਾਸ ਜੀ ਦੋਵਾਂ ਦਾ ਦੂਜੇ ਦਿਨ ਕਿਰਿਆ ਕਰਕੇ ਆਏ ਉਸੇ ਸਥਾਨ 'ਤੇ। ਉਹ ਮਾਤਾ ਜੀ ਜਿਵੇਂ ਮਾਤਾ ਜੀ ਰਸਮਾਂ ਕੀਤੀਆਂ ਉਸੇ ਤਰ੍ਹਾਂ ਇਹਨਾਂ ਦੀ ਮਹਾਂਪੁਰਸ਼ਾਂ ਦੀਆਂ ਇਹ ਉੱਥੇ ਰਸਮਾਂ ਕੀਤੀਆਂ ਗਈਆਂ, ਸੰਸਕਾਰ ਕੀਤਾ ਗਿਆ। ਉਧਰੋਂ ਸੰਸਕਾਰ ਕਰਕੇ ਘਰ ਆਏ ਨੇ ਦੁਬਾਰਾ ਦੂਜੇ ਦਿਨ, ਅਤੇ ਆਉਂਦਿਆਂ ਮਾਤਾ ਦਇਆ ਕੌਰ ਜੀ ਅਤੇ ਬਾਬਾ ਨਰਾਇਣ ਜੀ ਸਤਿਗੁਰਾਂ ਦੇ ਸੱਸ ਸਹੁਰਾ ਸੀ, ਉਹਨਾਂ ਨੇ ਬੇਨਤੀ ਕੀਤੀ ਗਰੀਬ ਨਾਲ ਸੱਚੇ ਪਾਤਸ਼ਾਹ ਦੋਵੇਂ ਧੀਆਂ ਇੱਥੇ ਸੱਚਖੰਡ ਚਲੀ ਗਈਆਂ, ਜਵਾਈ ਵੀ ਚਲੇ ਗਿਆ ਅਤੇ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਆਗਿਆ ਬਖਸ਼ੋ। ਉਹਨਾਂ ਨੂੰ ਵੀ ਆਗਿਆ ਮਿਲ ਗਈ ਅਤੇ ਤੀਜੇ ਦਿਨ ਉਹਨਾਂ ਮਹਾਂਪੁਰਸ਼ਾਂ ਦੀ ਉੱਥੇ ਕਿਰਿਆ ਕਰਕੇ ਆਏ ਉਸੇ ਰਸਮਾਂ ਨਾਲ।
ਇੱਕੋ ਸਥਾਨ ਤੇ ਹੀ ਮਤਲਬ ਪਹਿਲੇ ਮਾਤਾ ਦਮੋਦਰੀ ਜੀ, ਹਾਂ ਫਿਰ ਉਹਨਾਂ ਦੀ ਭੈਣ ਤੇ ਜੀਜਾ ਜੀ, ਤੇ ਫਿਰ ਉਸ ਤੋਂ ਬਾਅਦ ਮਾਤਾ ਜੀ ਤੇ ਪਿਤਾ ਜੀ, ਹਾਂਜੀ ਹਾਂਜੀ ਹਾਂ, ਸਾਰਿਆਂ ਦੀ ਇੱਕੋ ਸਥਾਨ ਦੇ ਉੱਤੇ ਇੱਕੋ ਹੀ ਥਾਂ ਤੇ ਜਿਹੜਾ ਉੱਥੇ ਆ ਕੇ ਸੰਸਕਾਰ ਕੀਤਾ ਗਿਆ। ਹਾਂਜੀ ਹਾਂਜੀ, ਫਿਰ ਸੱਚੇ ਪਾਤਸ਼ਾਹ ਆਣ ਕੇ ਘਰੇ ਬਹਿਣਾ ਘਰੇ ਆਉਣਾ ਸੀ। ਬਾਬਾ ਬਿਧੀ ਚੰਦ ਨੂੰ, ਬਿਧੀ ਚੰਦ ਸਾਹਿਬ ਨੂੰ ਹੁਕਮ ਆਇਆ, ਬਿਧੀ ਚੰਦ ਇਹ ਤੁਹਾਡੀ ਮਾਤਾ ਦਾ ਨਿਵਾਸ ਸਥਾਨ, ਤੁਹਾਡੇ ਬਾਬੇ ਦਾ ਜਨਮ ਸਥਾਨ ਤੇ ਪੰਜਾਂ ਮਹਾਂਪੁਰਸ਼ਾਂ ਦਾ ਪ੍ਰਲੋਕਮ ਸਥਾਨ, ਇੱਥੇ ਸਹਿਜ ਪਾਠ ਆਰੰਭ ਕਰਨ। ਫਿਰ ਬਾਬੇ ਬਿਧੀ ਚੰਦ ਨੇ ਸਹਿਜ ਪਾਠ ਆਰੰਭ ਕੀਤਾ ਹੋਰ ਸਿੱਖਾਂ ਦੇ ਨਾਲ, ਤੇ ਦਸਵੇਂ ਦਿਨ ਭੋਗ ਪਿਆ ਤੇ ਬਾਹਰਲੇ ਸਥਾਨ ਤੇ ਬਹੁਤ ਵੱਡਾ ਬਨਾਰ ਸਜਾ ਗਿਆ, ਬੜਾ ਵੱਡਾ ਦੀਵਾਨ ਸਜਿਆ ਉੱਥੇ, ਕਈਆਂ ਲੱਖਾਂ ਨਾਲ ਸੰਗਤਾਂ ਸੀ। ਫਿਰ ਉੱਥੇ ਜਦੋਂ ਭੋਗ ਦੀ ਦੀਵਾਨ ਦੀ ਸਮਾਪਤੀ ਹੋਈ, ਸੰਗਤਾਂ ਨੂੰ ਵਿਦਾਇਗੀ ਦਿੱਤੀ, ਸੱਚੇ ਪਾਤਸ਼ਾਹ ਨੇ ਆਪੋ ਆਪਦੇ ਇਲਾਕਿਆਂ ਸ਼ਹਿਰਾਂ ਦੇਸ਼ਾਂ ਨੂੰ ਗਈਆਂ ਸੰਗਤਾਂ, ਤੇ ਸੱਚੇ ਪਾਤਸ਼ਾਹ ਸ਼ਾਮ ਦਾ ਦੀਵਾਨ ਸਜਦਾ ਇਹਨਾਂ ਨੇ ਗੁਰੂ ਕੇ ਸੂਰਮਿਆਂ ਵੱਲੋਂ ਸਿੱਖਾਂ ਵੱਲੋਂ, ਉਹ ਸ਼ਾਮ ਦੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਸੱਚੇ ਪਾਤਸ਼ਾਹ ਇੱਧਰ ਵਾਪਸ ਆਉਂਦੇ ਮਹਿਲਾਂ 'ਚ ਪਰਿਵਾਰ ਵਿੱਚ। ਸ਼ਾਮ ਨੂੰ ਜਦੋਂ ਆਏ ਮਹਿਲਾਂ ਦੇ ਇੱਥੇ ਆਣ ਕੇ ਬੈਠੇ ਆ ਪਲੰਗ ਦੇ, ਤੇ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਗੁਰੂ ਨਾਨਕ ਦਾਸ ਸਾਹਿਬ ਦਾ ਸਰੂਪ ਆਖਣ ਲੱਗੇ, ਬਿਧੀ ਚੰਦ ਕਿੰਨੀਆਂ ਮਹਾਨ ਰੂਹਾਂ ਸੀ, ਕਿੰਨੀਆਂ ਪਿਆਰ ਵਾਲੀਆਂ ਰੂਹਾਂ ਸੀ, ਬੀਬੀ ਰਾਮੋ ਜੀ, ਬਾਬਾ ਸਾਈਂ ਦਾਸ ਜੀ, ਇਹਨਾਂ ਵਚਨ ਕਰਕੇ ਮਾਂ ਸੱਚੇ ਪਾਤਸ਼ਾਹ ਦੇ ਨੇਤਰ ਨਿੰਮ ਹੋ ਗਏ, ਅੱਖ ਨੇਤਰਾਂ ਦੇ ਵਿੱਚੋਂ ਜਾਲ ਪਿਆਰ ਦਾ ਜਾਲ ਹੋ ਗਿਆ, ਬੜੇ ਵਿਰਾਗ ਵਿੱਚ ਸੱਚੇ ਪਾਤਸ਼ਾਹ ਗਏ। ਤੇ ਬਾਬੇ ਬਿਧੀ ਚੰਦ ਸਾਹਿਬ ਨੇ ਹੱਥ ਜੋੜੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਅੰਦਰੇ ਅੰਦਰ ਨੀਵੀਂ ਪਾ ਕੇ ਮਨ ਵਿੱਚ ਵਚਨ ਕਰਦੇ ਆ, ਗਰੀਬ ਨਿਵਾਜ ਆਪ ਖੰਡਾ ਬ੍ਰਹਿਮੰਡਾਂ ਦੇ ਮਾਲਕੋ, ਤੇ ਆਪ ਜੀ ਦੇ ਹੁਕਮ ਵਿੱਚ ਸਾਰਾ ਕੁਛ ਹੋ ਰਿਹਾ, ਤੇ ਆਪ ਇੰਨੀ ਵਿਰਾਗ ਵਿੱਚ ਚਲੇ ਗਏ। ਤੇ ਸੱਚੇ ਪਾਤਸ਼ਾਹ ਘੱਟ ਘੱਟ ਜਾਣ ਵਾਲਾ ਆਖਣ ਲੱਗੇ, ਬਿਧੀ ਚੰਦ ਇਹ ਬੜੀਆਂ ਮਹਾਨ ਰੂਹਾਂ ਸੀ, ਬੜੀਆਂ ਪਵਿੱਤਰ ਰੂਹਾਂ ਸੀ, ਪਰਉਪਕਾਰੀ ਸੀ, ਜਿਹਨਾਂ ਨੇ ਸਾਰੇ ਮਾਲਵੇ ਦੇ ਉੱਤੇ ਪਰਉਪਕਾਰ ਕੀਤਾ, ਇਸ ਧਰਤੀ ਨੂੰ ਭਾਗ ਲਾਇਆ ਆਪਾਂ ਨੂੰ ਉੱਥੇ ਸੱਦ ਕੇ, ਤੇ ਇਹ ਗੁਰੂ ਨਾਨਕ ਸਾਹਿਬ ਦੇ ਘਰ ਇਹਨਾਂ ਦਾ ਇੰਨਾ ਸੱਚਾ ਸੁੱਚਾ ਪਿਆਰ ਸੀ ਕਿ ਸਮੁੰਦਰ ਸੀ ਪਿਆਰ ਦੇ ਸਮੁੰਦਰ, ਏਡੀ ਵੱਡੀ ਖੇਡ ਸੀ ਇਹਨਾਂ ਦੀ। ਤੇ ਆਪਾਂ ਚਲੋ ਸੰਤ ਮੋਹ ਆ ਗਿਆ ਰੋਈਏ, ਜੋ ਆਪਣੇ ਗ੍ਰਹਿ ਜਾਏ ਉਹ ਸੱਚਖੰਡ ਚਲੇ ਗਿਆ, ਆਪਦੇ ਘਰ ਚਲੇ ਗਿਆ, ਤੇ ਆਪਾਂ ਸਵੇਰੇ ਚਾਲਾ ਕਰ ਦੇਣਾ, ਸਵੇਰੇ ਚਾਲੇ ਦੀ ਤਿਆਰੀ ਹੋਈ। ਤੋਂ ਜਦੋਂ ਸਵੇਰ ਸੰਗਤਾਂ ਨੂੰ ਪਤਾ ਲੱਗਾ ਵੀ ਸੱਚੇ ਪਾਤਸ਼ਾਹ ਚੱਲ ਚੱਲੇ ਆ, ਤੇ ਸੰਗਤਾਂ ਇਕੱਠੀਆਂ ਹੋ ਗਈਆਂ, ਗਰੀਬ ਨਿਵਾਜ ਸੱਚੇ ਪਾਤਸ਼ਾਹ ਕੇ, ਤਾਂ ਬਾਬਾ ਸਾਈਂ ਦਾਸ ਜੀ ਉਹਨਾਂ ਕੋਲ ਸਾਡੀਆਂ ਝੋਲੀਆਂ ਭਰਦੀਆਂ, ਸਾਡੇ ਸਾਰੇ ਮਨੋਰਥ ਪੂਰੇ ਹੁੰਦੇ, ਤੇ ਅੱਜ ਤੁਹਾਡਾ ਆਸਰਾ ਸੀ ਵੀ ਤੁਸੀਂ ਹੈਗੇ ਜੇ, ਤੇ ਤੁਹਾਡੇ ਵੀ ਹੁੰਦਿਆਂ ਸਾਨੂੰ ਕਾਹਦਾ ਘਾਟਾ, ਅੱਜ ਤੁਸੀਂ ਵੀ ਤਿਆਰੀ ਕਰ ਦਿੱਤੀ ਹੈ, ਹੁਣ ਸਾਨੂੰ ਕਿਹਦੇ ਆਸਰੇ ਛੱਡ ਕੇ ਚੱਲੇ, ਸਾਨੂੰ ਕਿਹਦੀ ਬਾਂਹ ਪਾ ਕੇ ਚੱਲੇ, ਗਰੀਬ ਨਿਵਾਜ ਅਸੀਂ ਕਿਹਨੂੰ ਕੀ ਕਰਾਂਗੇ ਤੇ ਕਿੱਥੇ ਬੇਨਤੀਆਂ ਕਰਾਂਗੇ। ਸੱਚੇ ਪਾਤਸ਼ਾਹ ਕਹਿ ਸਿੱਖੋ ਵੀ ਚੰਗਾ ਹੋਇਆ ਤੂੰ ਭਲਾ ਕੀਤਾ ਰੱਬ ਨੇ, ਤੁਸੀਂ ਆ ਗਏ ਜੇ, ਤੇ ਚਲੋ ਤੁਹਾਨੂੰ ਦੱਸਦੇ ਹਾਂ ਵੀ ਰਿਹਾ ਤਾਂ ਸਾਡਾ ਨਹੀਂ, ਸਾਡਾ ਕਾਰਜ ਹੋਰ ਵੀ ਕਰਨ ਵਾਲੇ ਸਾਡੇ ਸਿਰ 'ਤੇ ਆ, ਤੇ ਤੁਹਾਨੂੰ ਅਸੀਂ ਦੱਸਦੇ ਹਾਂ ਵੀ ਤੁਸੀਂ ਬਾਂਹ ਕਿਹਦੀ ਫੜਾ ਕੇ ਚੱਲਿਆ, ਤੂੰ ਆਸਰਾ ਕਿਹਦੇ ਅੱਗੇ ਚੱਲੇ ਆ। ਸੱਚੇ ਪਾਤਸ਼ਾਹ ਨੂੰ ਉੱਤੋਂ ਬਾਂਹ ਕਰਕੇ ਨਾ ਤਲੇ ਨੂੰ ਐਂ ਕਰਕੇ, ਤੇ ਐਂ ਉਂਗਲ ਤਲੇ ਨੂੰ ਕਰਕੇ ਇਸ਼ਾਰਾ ਕਰਕੇ ਮਕਾਨ ਵੱਲ ਨੂੰ, ਸ੍ਰੀ ਗੁਰੂ ਦਿੱਤਾ ਜਨਮ ਸਥਾਨ ਤੇ ਪੂਜੋ ਸ਼ਰਧਾ ਤਰਮਾਨ, ਜੇ ਕੋਈ ਕਾਜ ਕਹੂੰ ਅਟਕਾਏ ਬੇਨਤੀ ਕਰੋ ਤੇ ਸਲ ਜਾਏ, ਮਨੋ ਕਾਮਨਾ ਪੁਰੇ ਤੁਮਾਰੀ, ਸੰਕਟ ਪਰੇ ਸੋ ਲਿਓ ਭਾਰੀ, ਸਿੱਖ ਸੰਗਤ ਕੀ ਕੀਜੇ ਸੇਵਾ ਤੇ ਪੂਜੋ ਸਿੱਖੀ ਦਰ ਦੇਵਾ, ਸਤਨਾਮ ਕਾ ਸਿਮਰਨ ਕਰੋ ਸ੍ਰੀ ਬਾਣੀ ਨਿਤਰ ਅਰਨੋ। ਇਹ ਉਪਦੇਸ਼ ਤੁਸੀਂ ਹਿਰਦੇ ਵਿੱਚ ਧਾਰਨ ਕਰ ਲਓ ਤੇ ਲੋਕ ਤੇ ਪ੍ਰਲੋਕ ਦੇ ਤੁਹਾਨੂੰ ਸੁੱਖ ਮਿਲਣਗੇ। ਇੱਥੇ ਜਿਹੜੀ ਵੀ ਆਣ ਕੇ ਮੰਗ ਮੰਗੋਗੇ, ਕੜਾ ਪ੍ਰਸ਼ਾਦੀ ਦੇ ਕਰਾ ਕੇ ਗੁਰੂ ਦੇ ਅੱਗੇ ਚਰਨਾਂ ਦੇ ਵਿੱਚ ਨਮਸਕਾਰ ਕਰੋਗੇ ਤੇ ਉਹ ਤੁਹਾਡੀ ਗੁਰੂ ਸਾਹਿਬ ਸੁਣਨਗੇ, ਤੁਹਾਨੂੰ ਜੋ ਪ੍ਰਾਪਤ ਮਿਲੇਗਾ। ਜੇ ਕੋਈ ਕਾਰਜ ਕਹੂੰ ਅਟਕਾਏ, ਜੇ ਕੋਈ ਤੁਹਾਡਾ ਕਾਰਜ ਕਿਤੇ ਵੀ ਅਟਕਿਆ, ਜੇ ਕਿਸੇ ਯਤਨ ਨਾਲ ਨਹੀਂ ਹੁੰਦਾ, ਉਦੋਂ ਵੀ ਆਣ ਕੇ ਬੇਨਤੀ ਕਰੋ, ਕਾਰਜ ਵੀ ਸੌਰ ਜਾਏਗਾ। ਸੰਕਟ ਪਰੇ ਸੋ ਲਿਓ ਭਾਰੀ, ਕੋਈ ਮੁਸੀਬਤ ਆ ਗਈ, ਔਖਾ ਸਮਾਂ ਆ ਗਿਆ, ਉਦੋਂ ਵੀ ਬੇਨਤੀ ਕਰੋ, ਤੁਹਾਡੀ ਮੁਸੀਬਤ ਵੀ ਟਲ ਜਾਏਗੀ। ਇਹ ਵਚਨ ਸੱਚੇ ਪਾਤਸ਼ਾਹ ਨੇ ਇੱਥੇ ਕੀਤੇ, ਤੇ ਅੱਜ ਸੰਗਤਾਂ ਇਹਨ ਬਿਨ ਉਸੇ ਤਰ੍ਹਾਂ ਹੀ ਬੜੀਆਂ ਵੱਡੀਆਂ ਖੁਸ਼ੀਆਂ ਲੈ ਕੇ ਰੋਜ਼ ਜਾ ਰਹੀਆਂ ਤੇ ਆਣ ਕੇ ਮੁਬਾਰਕਾਂ ਦਿੰਦੀਆਂ ਮਹਾਂਪੁਰਸ਼ਾਂ ਨੂੰ, ਸਤ ਸਤ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਣ ਕੇ ਨਕਮਸਤ ਹੁੰਦੀਆਂ। ਤੇ ਬਾਹਰਲੇ ਸਥਾਨ ਤੇ ਬੀਬੀ ਸੂਰਤੀ, ਜਿਹਨਾਂ ਜੇ ਮਾਤਾ ਆਪਣੇ ਦੀ ਭਾਈ ਰੂਪੇ ਦੀ ਮਾਤਾ ਜੀ ਹੈ, ਭਾਈ ਰੂਪੇ ਦੀ ਮਾਤਾ ਨੂੰ ਸਿੱਖੀ ਤੇ ਦੋਵਾਂ ਜੀਆਂ ਨੂੰ ਮਾਤਾ ਪਿਤਾ ਨੂੰ ਸਿੱਖੀ ਮਿਲੀ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀ ਗੁਰਸਿੱਖੀ ਦੀ ਦਾਤ ਦਿੱਤੀ ਉਹਨਾਂ ਨੂੰ, ਤੇ ਭਾਈ ਰੂਪੇ ਦਾ ਵਰ ਬਖਸ਼ਿਆ। ਬਰੀਕੀ ਜਾਣ ਦਾ ਮਤਲਬ ਬਹੁਤ ਬਹੁਤ ਵੱਡਾ ਕੰਮ ਪ੍ਰੋਗਰਾਮ ਹੈ, ਪਰ ਮੈਂ ਹੁਣ ਆਪੇ ਛੋਟੀ ਛੋਟੀ ਮੋਟੀ ਜਿਹੀ ਗੱਲ ਕਰ ਰਿਹਾ। ਤੇ ਫਿਰ ਬੀਬੀ ਸੂਰਤੀ ਦੀ ਆਗਿਆ ਰਹੀ ਖੁਸ਼ੀ ਦੀ, ਉਹਨੇ ਐਂ ਝੋਲੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਵੇਂ ਮੇਰੀ ਗਰੀਬਨੀ ਝੋਲੀ ਭਰੀ ਹੈ ਨਾ, ਇੱਥੇ ਜਿਹੜਾ ਵੀ ਆਵੇ ਉਹਦੀ ਝੋਲੀ ਇਤਨਾ ਭਰ ਕੇ ਇਕੱਲੇ ਖਾ ਲਈ ਨਾ ਜਾਵੇ, ਕੋਈ ਪਰਉਪਕਾਰੀ ਹੁੰਦਾ ਨਾ ਸਿੱਖ। ਤੇ ਸੱਚੇ ਪਾਤਸ਼ਾਹ ਕਹਿਣਗੇ, ਪੁੱਤ ਸੂਰਤੀ, ਬੇਟਾ ਸੂਰਤੀ, ਜਿਸ ਤਰ੍ਹਾਂ ਤੂੰ ਭਾਵਨਾ ਨਾਲ ਇੱਥੇ ਜਿਵੇਂ ਸੇਵਾ ਕੀਤੀ ਹੈ ਨਾ,
ਵੱਡੇ ਘਰ ਦੀ ਬੀਬੀ ਉਹ ਨਾਲ ਹੀ ਵੱਡਾ ਘਰ ਪਰਲੇ ਬੰਨੇ ਉੱਥੋਂ ਆਣ ਕੇ ਇੱਥੇ ਦਰਸ਼ਨ ਕਰਕੇ ਜਾਂਦੇ ਹੁੰਦੇ ਸੀ ਤੇ ਉਹਦਾ ਸ਼ਾਦੀ ਹੋ ਗਈ ਸੀ ਸਰਵਰੀਆਂ ਦੇ ਘਰ ਵਿੱਚ ਉਸ ਵਾਸਤੇ ਬੜੀ ਦੁਖੀ ਸੀ ਤੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਤੇ ਉਹਨਾਂ ਫਿਰ ਉਹਨਾਂ ਆਖਿਆ ਵੀ ਚਲੋ ਤੁਹਾਨੂੰ ਸਿੱਖੀ ਬਖਸ਼ ਦਿੱਤੀ ਕੋਈ ਨਹੀਂ ਕੋਈ ਫਿਕਰ ਨਾ ਕਰੋ ਤੇ ਭਾਈ ਰੂਪੇ ਦਾ ਵਰ ਬਖਸ਼ਿਆ ਵੀ ਤੁਹਾਡੇ ਘਰ ਏਡੀ ਵੱਡੀ ਦਾਤ ਆਵੇਗੀ ਜਿਹਨੂੰ ਸੰਸਾਰ ਨਮਸਕਾਰ ਕਰੇਗਾ ਬਹੁਤ ਵੱਡੀ ਉਹ ਭਾਈ ਰੂਪੇ ਦਾ ਉਹ ਤੁਹਾਨੂੰ ਪਤਾ ਹੀ ਉਸ ਸਥਾਨ ਦਾ ਤੇ ਫਿਰ ਇੱਥੋਂ ਜਲ ਛਕਣ ਗਏ ਉਹਨਾਂ ਕੋਲ ਜਦੋਂ ਜਲਦੀ ਉਹਨਾਂ ਪ੍ਰਤੀਕਿਰਿਆ ਕਰ ਲਈ ਨਾ ਵੀ ਜਲ ਛਕਣਾ ਸੱਚੇ ਪਾਤਸ਼ਾਹ ਜਲ ਛਕਣਗੇ ਫਿਰ ਹੀ ਛਕਣਾ ਉਹ ਇੱਥੋਂ ਜਲ ਛਕਣ ਇੱਥੋਂ ਗਏ ਠੀਕ ਹੈ ਬਾਬਾ ਅਬੀਰ ਜੀ ਜਦੋਂ ਪੱਟ 'ਚ ਬੈਠੇ ਆ ਪੱਟੀ ਉਦੋਂ ਜਲਦੀਆਂ ਗਾਗਰਾਂ ਵੀ ਇੱਥੇ ਪਾਉਣੀਆਂ ਇਸੇ ਸਥਾਨ 'ਤੇ ਉਹ ਖੂਹ ਇੱਥੇ ਨਾਲ ਹੀ ਅੱਛਾ ਫਿਰ ਗੁਰੂ ਸੱਤਵੇਂ ਪਾਤਸ਼ਾਹ ਗਰੀਬ ਨਵਾਜ ਇਸ ਤੋਂ ਬਾਅਦ ਕਈ ਸਾਲ ਆਣ ਕੇ ਨਿਵਾਸ ਰੱਖਿਆ ਉਹਨਾਂ ਨੇ ਇੱਥੇ ਅਤੇ ਇਸੇ ਇੱਥੇ ਨਿਵਾਸ ਰੱਖਿਆ ਬਾਹਰ ਘੋੜਸਵਾਰ ਫੌਜਾਂ 2200 ਘੋੜਸਵਾਰ ਉੱਥੇ ਰੱਖੀਆਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੱਦੀ ਦੇ ਬਿਰਾਜਮਾਨ ਹੈ ਉਹਨਾਂ ਨੇ ਵੀ ਇੱਥੇ ਆਣ ਕੇ ਹੈਡਕੁਆਟਰ ਰੱਖਿਆ ਬਣਾ ਕੇ ਉਹ ਹੈਡਕੁਆਟਰ ਰੱਖਿਆ ਇੱਥੇ ਨਿਵਾਸ ਰੱਖਿਆ ਤਿੰਨਾਂ ਪਾਤਸ਼ਾਹੀਆਂ ਦੀ ਚਰਨ ਪਛੋਹ ਪ੍ਰਾਪਤ ਸਾਰੇ ਮਹਾਂਪੁਰਸ਼ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਥੰਮ ਭਾਈ ਗੁਰਦਾਸ ਜੀ ਇੱਥੇ ਕਥਾ ਕਰਦੇ ਰਹੇ ਆ ਬਾਬਾ ਜੇਠਾ ਜੀ ਬਾਬਾ ਪੈੜਾ ਜੀ ਬਾਬਾ ਪਰਾਗਾ ਜੀ ਬਾਬਾ ਪ੍ਰਾਣਾ ਜੀ ਬਾਬਾ ਬਿਰ ਜਾਂਦੀ ਜੀ ਉਹ ਸੱਚੇ ਪਾਤਸ਼ਾਹ ਦੇ ਨਾਂ ਰਹਿੰਦੇ ਰਹੇ ਆ ਇਸੇ ਰਹੀ ਇੱਥੇ ਰਹੇ ਆ ਅਤੇ ਇਹਨਾਂ ਕੰਧਾਂ ਉੱਤੇ ਜਿੰਨੀਆਂ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਸਿਰ ਜਿਹੜੀ ਸੇਵਾ ਮਿਲੀ ਉਹਨਾਂ ਨੇ ਐਨ ਪੁਰਾਤਨ ਸੰਭਾਲ ਕੇ ਰੱਖਿਆ ਜਿੰਨੀ ਇੱਕ ਇੱਕ ਏਟਰ ਉਹਨਾਂ ਨੇ ਸੰਭਾਲ ਕੇ ਰੱਖੀ ਆ ਮਹਾਂਪੁਰਸ਼ਾਂ ਨੇ ਅਤੇ ਆ ਵੀ ਜਿਹਨਾਂ ਦੇ ਦਰਸ਼ਨ ਕੀਤੇ ਆ ਕਰੋੜਾਂ ਜਨਮਾਂ ਦਾ ਸਿੱਖਾਂ ਦਾ ਭੜਾ ਸੰਗਤਾਂ ਦਾ ਹੋ ਰਿਹਾ ਅਤੇ ਇਹ ਬੜੀ ਵੱਡੀ ਦਾਤ ਆ ਅਤੇ ਸੰਤ ਮਹਾਂਪੁਰਸ਼ ਬੜੇ ਸੁਲਝੇ ਆ ਸਾਨੂੰ ਗੁਰੂ ਦੇ ਪਿਆਰੇ ਜੀ ਥੋੜਾ ਜਿਹਾ ਇਹ ਦੱਸੋ ਵੀ ਇਹ ਜਿਹੜਾ ਅਸਥਾਨ ਹੈ ਸਾਹਮਣੇ ਇਹ ਕੀ ਜਗ੍ਹਾ ਕੀ ਇੱਥੇ ਜਿਹੜੇ ਟੋਏ ਜੇ ਆਪਾਂ ਕਹਿ ਲਈਏ ਵੀ ਪੰਜਾਬੀ ਦੇ ਵਿੱਚ ਟੋਏ ਪਏ ਹੋਏ ਨੇ ਇਹ ਪੁਰਾਣੇ ਪੁਰਾਣੇ ਚੁੱਲ੍ਹੇ ਆ ਵੀਰ ਜੀ ਪੁਰਾਣੇ ਚੁੱਲ੍ਹੇ ਅੱਛਾ ਜੀ ਇੱਥੇ ਦਾਲ ਪਾਣੀ ਦੇਗਾਂ ਬਣਦੀਆਂ ਇਹਨਾਂ ਜੋ ਦਾਣਾ ਬਣਦੀਆਂ ਪ੍ਰਸ਼ਾਦੇ ਪੱਕਦੇ ਉਹ ਚੁੱਲ੍ਹੇ ਆ ਅੱਛਾ ਜੀ ਮਤਲਬ ਇਹ ਐਜ਼ ਇਟ ਇਜ਼ ਰੱਖੇ ਗਏ ਨੇ ਵੀ ਸੰਤਾਂ ਇਸੇ ਤਰ੍ਹਾਂ ਇਹਨਾਂ ਦੇ ਦਰਸ਼ਨ ਕਰਨ ਹਾਂਜੀ ਹਾਂਜੀ ਇਹ ਮਹਾਂਪੁਰਸ਼ਾਂ ਦੀ ਬੜੀ ਵੱਡੀ ਦੇਣ ਆ ਇਹ ਸੰਭਾਲ ਕੇ ਨਿਸ਼ਾਨੀਆਂ ਪ੍ਰਾਪਤ ਰੱਖੀਆਂ ਜਿਹੜੀਆਂ ਠੀਕ ਹੈ ਜੀ ਤੇ ਬਾਬਾ ਜੀ ਇਹਨੇ ਦਵਾਈ ਕਰਦੇ ਮਤਲਬ ਦਵਾਈ ਵੀ ਦਿੰਦੇ ਸੰਗਤਾਂ ਨੂੰ ਜਿਹਨਾਂ ਨੂੰ ਪੀਜੀ ਆਈ ਜੋ ਦੂਜੇ ਥਾਂ ਤੋਂ ਕਿਤੋਂ ਹਰ ਥਾਂ ਤੋਂ ਜਵਾਬ ਮਿਲਿਆ ਉਹਨਾਂ ਨੂੰ ਇੱਥੋਂ ਫ੍ਰੀ ਇਲਾਜ ਉਹਨਾਂ ਦਾ ਚੱਲਦਾ ਉਹਨਾਂ ਨੂੰ ਦਵਾਈ ਦਾਰੂ ਵੀ ਮਿਲਦਾ ਤੇ ਸੁੱਖ ਲੈਂਦੀਆਂ ਸੰਗਤਾਂ ਇੱਥੋਂ ਦੇ ਦਰਸ਼ਨ ਕਰਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਠੀਕ ਹੈ ਜੀ ਗੁਰੂ ਦੇ ਪਿਆਰੇ ਜੀ ਤੁਸੀਂ ਸਾਨੂੰ ਥੋੜਾ ਜਿਹਾ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਨੂੰ ਥੋੜਾ ਜਿਹਾ ਇਹ ਦੱਸੋ ਵੀ ਸੰਗਤਾਂ ਇੱਥੇ ਆਉਣ ਉਹਨਾਂ ਦੇ ਕਿਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਕਾਲਜ ਸਿੱਧ ਹੋਣਗੇ ਥੋੜਾ ਜਿਹਾ ਸੰਗਤਾਂ ਨੂੰ ਇਸ ਬਾਰੇ ਆਪਾਂ ਪ੍ਰੇਰਣਾ ਦਿਓ ਇਹ ਜੀ ਇੱਕ ਸਿੱਧਾ ਹੀ ਬਚਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਵੀ ਕੜਾਹ ਪ੍ਰਸ਼ਾਦ ਦੀ ਦੇ ਕਰਾਓ ਤੇ ਜੋ ਵੀ ਜੋ ਸੰਸਾਰ ਦੀ ਜੋ ਵੀ ਤੁਹਾਨੂੰ ਮੰਗੇ ਤੁਹਾਡੇ ਅੰਦਰ ਦੀ ਭਾਵਨਾ ਜਿਹੜੀ ਉਹ ਤੁਹਾਡੀ ਪੂਰੀ ਹੋਵੇਗੀ ਜੇ ਕੋਈ ਤੁਹਾਡਾ ਕਾਰਜ ਅਟ ਗਿਆ ਤੇ ਉਹ ਵੀ ਪੂਰਾ ਹੋਵੇਗਾ ਉਹ ਵੀ ਸੌਰ ਜਾਏਗਾ ਜੇ ਕੋਈ ਤੁਹਾਡੇ ਤੇ ਮੁਸੀਬਤ ਆ ਗਈ ਉਹ ਵੀ ਤੁਹਾਡਾ ਸੌਰ ਜਾਏਗਾ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਦੇ ਮੁਕਾਬਲੇ ਚੋਂ ਇਹ ਬਚਨ ਹੋਏ ਆ ਤੇ ਅੱਜ ਇਹਨੇ ਬਿਨ ਸੰਗਤਾਂ ਉਸੇ ਤਰ੍ਹਾਂ ਲਾਹ ਲੈ ਰਹੀਆਂ ਜਿੱਦਾਂ ਅਸੀਂ ਥੋੜੀ ਜਿਹੀ ਗੱਲ ਅਜੋਕੇ ਸਮੇਂ ਦੀ ਅੱਜ ਦੀ ਕਰ ਦਈਏ ਆਪਾਂ ਜਿੱਦਾਂ ਸੰਗਤਾਂ ਅੱਜ ਕੱਲ ਸੰਗਤਾਂ ਕਹਿ ਲਈਏ ਅਸੀਂ ਇਹ ਕਹਿ ਲਈਏ ਕਿ ਭਟਕੇ ਹੋਏ ਜਿਹੜੇ ਸਰੀਰ ਨੇ ਬੀਬੀਆਂ ਭਟਕੀਆਂ ਹੋਈਆਂ ਜ਼ਿਆਦਾ ਬੀਬੀਆਂ ਇਸ ਪਾਸੇ ਤੁਰਦੀਆਂ ਵੀ ਬਾਬਿਆਂ ਵਾਲੇ ਪਾਸੇ ਤੁਰਦੀਆਂ ਨੇ ਜਾਂ ਉਹ ਕਿਸੇ ਸਿਆਣੇ ਵਾਲੇ ਨੂੰ ਲੱਭਦੀਆਂ ਨੇ ਤੇ ਉਹ ਉਹਨਾਂ ਨੂੰ ਅਗਰ ਉੱਥੋਂ ਤੇ ਪਤਾ ਨੀ ਪ੍ਰਾਪਤੀ ਉਹਨਾਂ ਦੀ ਕੁਛ ਹੈ ਨੀ ਵੀ ਸਾਡੇ ਸਾਹਮਣੇ ਗੁਰਮਤ ਨਹੀਂ ਕਹਿੰਦੀ ਕਿ ਉੱਥੋਂ ਪ੍ਰਾਪਤੀ ਹੁੰਦੀ ਹੈ ਗੁਰਮਤ ਤਾਂ ਇਹੀ ਕਹਿੰਦੀ ਹੈ ਵੀ ਜੋ ਮਿਲਣਾ ਗੁਰੂ ਨਾਨਕ ਦੇ ਦਰ ਤੋਂ ਮਿਲਣਾ ਉਹਨਾਂ ਨੂੰ ਅਸੀਂ ਮੋੜਨ ਦੇ ਲਈ ਉਹਨਾਂ ਨੂੰ ਇਸ ਅਸਥਾਨ ਦੇ ਨਾਲ ਜੋੜਨ ਦੇ ਲਈ ਤੁਹਾਡੇ ਕੀ ਵਿਚਾਰ ਨੇ ਥੋੜਾ ਜਿਹਾ ਉਹ ਦੱਸੋ ਮੈਂ ਤਾਂ ਇਹੀ ਕਹਾਂਗਾ ਜੀ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਸੰਤ ਬਾਬਾ ਗੁਰਨਾਮ ਸਿੰਘ ਜੀ ਆਦ ਵਿਆਹ ਤੇ ਅਪਾਹ ਤਿੰਨ ਰੋਗ ਨੇ ਵੱਡੇ ਤੇ ਤਿੰਨਾਂ ਦਾ ਇਲਾਜ ਇੱਥੇ ਆਦ ਵਿਆਹ ਤੇ ਅਪਾਹ ਤਿੰਨਾਂ ਰੋਗਾਂ ਦਾ ਇਲਾਜ ਜੀ ਇੱਥੇ ਤੇ ਇਹਨੂੰ ਵੱਡਾ ਦਰ ਫਿਰ ਹੋਰ ਕਿੱਥੇ ਹੋ ਸਕਦਾ ਆਉਣ ਸੰਗਤਾਂ ਆਉਣ ਗੁਰੂ ਦੀਆਂ ਖੁਸ਼ੀਆਂ ਲੈਣ ਬਾਬਾ ਜੀ ਨੇ ਆਹ ਵੇਖੋ ਜੀ ਲੜੀ ਉੱਥੇ ਖੰਡ ਪਾਠ ਸਾਹਿਬ ਚੱਲਣ ਦੀ ਹੈ ਜੀ ਆਹ 14 ਘੰਟੇ ਆ ਜਾਪ ਚੱਲਣ ਡਿਆ ਸਤਨਾਮ ਵਾਹਿਗੁਰੂ ਦਾ ਉੱਤੇ ਵੀ ਜਾਪ ਚੱਲਣ ਡਿਆ ਜਿੱਥੇ ਪ੍ਰਸ਼ਾਦ ਦੇਣ ਡਿਆ ਸਿੱਖ ਜਿੱਥੇ ਲੰਗਰ ਪੱਕਦਾ ਉੱਥੇ 24 ਘੰਟੇ ਮੂਲ ਮੰਤਰ 12 ਘੰਟੇ ਮਤਲਬ ਸੁਖਮਣੀ ਸਾਹਿਬ ਦੇ 12 ਘੰਟੇ ਮੂਲ ਮੰਤਰ ਜਿੱਥੇ ਲੰਗਰ ਛਕਾਇਆ ਜਾਂਦਾ ਉੱਥੇ 24 ਘੰਟੇ ਮੂਲ ਮੰਤਰ ਅਤੇ ਆਹ ਲੜੀ ਖੰਡ ਪਾਠ ਸਾਹਿਬ ਸਾਰੀ ਚੱਲਣ ਡਈ ਹੈ ਅਤੇ ਦੋਵੇਂ ਟਾਈਮ ਕਥਾ ਕੀਰਤਨ 3-3 ਘੰਟੇ ਹਰ ਮਹੀਨੇ ਦੇ ਪਹਿਲੇ ਐਤਵਾਰ ਸਮਾਗਮ ਅਤੇ ਉਹ ਸਮਾਗਮ ਦੀ ਹਾਜ਼ਰੀ ਭਰਨ ਵਾਲੇ ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਭਟਕੇ ਲੋਕਾਂ ਨੂੰ ਵਾਸਤੇ ਕੀ ਚਾਹੀਦਾ
उस दीवान की हाजरी भरन वाले एडा वड्डा लाभ है भी जी सच्चे पातशाह आख्या ना भी जी घरों भावना लै के आओगे वह थोड़िया पूरी हो उस स्थान के महीने पिछों हाजरी भरन वाले नाले जी भावना लैके करवाओगे वह पूरी होगी तो नाले परलोक सरना कितना गुरु हरगोबिंद साहब सच्चे पातशाह उत्थे होंगे गुरु गुरु सतवें पातशाह उस हाजिर होंगे गुरु तेग बहादुर साहब जी सच्चे पातशाह उ हाजिर होंगे सारिया चीजी पहुंचा उत्थे हो जाएगा तो उसे जो दीवान के गुरु जस हो रहा हाँ ना तो संगत अकागर हो संगत से सच्चे पातशाह की दृष्टि पैदा सारे हिरदिया परलोक भी सौरदा तो लोग भी सौरदा इतों इतों एड्डी वड्डी दात मिलती है जी उस स्थान तो फिर संत महापुरुषों ने जिन्हें सारे संसार के छड़े रस छड़े आ उन्हां दे घंटा पौना घंटा दर्शन होने सामने जिन्हां दे विच बाणी दे विच भजन करते सच्चे पातशाह गुरु अर्जन साहब जी सारंग राग का 1208 अंक के अखीरला श्लोक हर जन आराम 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 त्याए एक पलक सुख साध संभाग कोट बिकुंठे पाए ओ साधु जे इस वक्त मौजूद इतने एड्डी वड्डी दात अख दे पलके जिनी एड्डी वड्डी दात जे भजन मन के गुरु महापुरशां दा भजन मन के ते हाजरियां भरन संगतां ते लोक परलोक दे सोखे तो लै रहीआं संगतां जिवें लै रहीआं जिनीआं ते जिहड़ियां नहीं लै रहीआं ओह वी आण के लैण इहदों वड्डी दात होर किते नहीं जाएगी ते जिहड़ियां संगतां गुरु दे प्यारे नूं जी विदेशां दे विच बैठीआं ने हांजी हांजी उहनां नूं तुसीं किस तरहां अपना इस पासे नाल जोड़ना चाहोगे भी किस तरीके नाल जुड़न किस तरीके नाल गुरु साहिब दीआं खुशियां लै सकदे गुरमुखो आ जिहड़ा तुहाडा पराला इहो जिहे परालिआं नाल ही उहनां नूं पता लग सकदा ना ओह इहो जिहे परालिआं नाल पता लग सकदा है उहनां नूं पता लगे भी इत्थे की आ ते किवें आ गुरु साहिब दा स्थान मतलब आ तुहानूं सारी मेरी रजिस्ट्रेशन मतलब जिन्नी समझ सी मोटी मोटी दस दित्ती आ बाकी बरीकी नाल इतिहास छपिआ पिआ बड़ा वड्डा ते आण के संगतां टाइम कट के इतने आन के हाजरी भरन इनू वड्डी दात होर कि मिनट जापदी नहीं गुरु प्यारी साध संगत जी एक चीज लैके चलना संगत जी जे तुहाडे मन दे विच किसी भी तरीके की कोई भावना है तो इस अस्थान ते आके तुहाडी उह भावना पूरी हुंदी है तो फिर तुसी क्यों जांदे हो सियाणिआं कोल क्यों जांदे हो तुसी पंडतां कोल क्यों तुसी गुरमत दे राह ते नहीं तुरदे पए अगर तुसी चाहते हो गुरु घर दीआं खुशियां लैणियां ते तुसी संगत जी इस दर ते आओ अपनियां झोलियां भरवाओ वाहिगुरु जी का खालसा वाहिगुरु जी की फतेह।